ਥਾਣਾ ਸੇਖਵਾਂ ਦੇ ਅਧੀਨ ਪੈਂਦੇ ਪਿੰਡ ਰੇਤਵਾਲਾ ਵਿਖੇ ਦੋ ਘਰਾਂ ਵਿੱਚ ਚੋਰੀ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਜਾਣਕਾਰੀ ਦੇ ਅਨੁਸਾਰ ਜੋ ਸੰਗਤ ਡੇਰਾ ਬਾਬਾ ਨਾਨਕ ਜਾ ਰਹੀ ਸੀ, ਸੰਗਤ ਦੇ ਦਰਸ਼ਨ ਕਰਨ ਸਤਨਾਮ ਸਿੰਘ ਅਤੇ ਗੋਪਾਲ ਸਿੰਘ ਆਪਣੇ ਪਰਿਵਾਰ ਸਮੇਤ ਦਰਸ਼ਨ ਕਰਨ ਗਏ ਸਨ ਅਤੇ ਮਗਰੋਂ ਚੋਰਾਂ ਨੇ ਘਰ ਵਿੱਚ ਚੋਰੀ ਕਰ ਲਈ। ਇਸ ਵਿੱਚ ਦੋਨਾਂ ਪਰਿਵਾਰਾਂ ਦਾ ਨੁਕਸਾਨ ਹੋ ਗਿਆ, ਜਿਸ ਦੀ ਸੂਚਨਾ ਪੁਲਿਸ ਥਾਣਾ ਸੇਖਵਾਂ ਨੂੰ ਦੇ ਦਿੱਤੀ ਗਈ ਹੈ। ਅਸੀਂ ਸ਼ੀਨਾ ਰੇਤਵਾਲਾ ਇਹਨਾਂ ਦੀ ਫਾਰਮ ਹਾਊਸ ਬਣਾ ਕੇ ਰਹਿੰਦੇ ਪਿੰਡ ਤੋਂ ਕਿਲੋਮੀਟਰ 1 ਕਿਲੋਮੀਟਰ ਦੂਰੀ ਦੇ ਘਰ ਇਹਨਾਂ ਦਾ। ਇਹ ਗੁਰੂ ਨਾਨਕ ਦੇਵ ਜੀ ਦੇ ਚੋਲਾ ਸਾਹਿਬ ਦੇ ਮੇਲੇ ਦੇ ਸੰਗ ਵੇਖਣ ਲਈ ਗਏ ਸੀ ਸਾਰਾ ਪਰਿਵਾਰ। ਇਹਨਾਂ ਦੇ ਘਰੋਂ ਕੋਈ ਨਾਮਲੂਮ ਵਿਅਕਤੀ ਤਾਲੇ ਤੋੜ ਕੇ 5,000 ਰੁਪਇਆ ਕੁਛ ਜੇਵਰਾਤ ਚੋਰੀ ਕਰਕੇ ਲੈ ਗਏ ਆ। ਸਟੇਟਮੈਂਟ ਲਿਖਾ ਰਹੇ ਆ, ਉਹਦੇ ਮੁਤਾਬਕ ਜੋ ਕਾਰਵਾਈ ਬਣਦੀ ਹੈ ਕੀਤੀ ਜਾ ਰਹੀ ਹੈ। ਸ਼ੀਨਾ ਰੇਤਵਾਲਾ, ਮੇਰੇ ਪਿੰਡ 'ਚ ਇੱਕ ਅੱਜ ਵਾਰਦਾਤ ਹੋਈ ਹੈ, ਜੋ ਗਰਾਇਣ ਦਾ ਡੇਰਾ ਵੱਜਦਾ ਹੈ, ਉੱਥੇ ਅੱਜ ਕੁਛ ਅੰਤ ਛਾਤੇ ਬੰਦੇ ਦੇ ਚੋਰ ਜਿਹੜੇ ਨੇ ਉਹ ਘਰ ਦਾ ਬਹੁਤ ਨੁਕਸਾਨ ਕਰਕੇ, ਸਤਨਾਮ ਸਿੰਘ ਦਾ ਜ਼ਿਆਦਾ ਨੁਕਸਾਨ ਹੋਇਆ, ਜਿਹਦੇ ਵਿੱਚ ਕੁਝ ਕੈਸ਼ ਅਤੇ ਕੁਝ ਜਵੈਲਰੀ ਲੈ ਗਏ ਨੇ ਅਤੇ ਬਾਕੀ ਘਰਾਂ ਦੇ ਵੀ ਕੁਝ ਲੋਕ ਤੁਰੇ ਨੇ, ਲੰਬਾਰੀਆਂ ਲੋਕ ਤੁਰੇ ਨੇ, ਗੋਪਾਲ ਸਿੰਘ ਦਾ ਔਰ ਬੇਟਾ ਬੇਟਾ ਲੜਕਾ ਲੱਗ ਜਾਣਾ ਚਾਚਾ ਜੀ, ਬਾਕੀਆਂ ਦਾ ਜਿਹੜਾ ਵਾ ਨੁਕਸਾਨ ਘੱਟ ਹੋਇਆ। ਸਤਨਾਮ ਸਿੰਘ ਦਾ ਜਿਹੜਾ ਵਾ ਜ਼ਿਆਦਾ ਨੁਕਸਾਨ ਹੋਇਆ, ਉਹਦੇ ਵਿੱਚ ਕਿ ਪੁਲਿਸ ਵੀ ਇੱਥੇ ਆਈ ਹੈ ਮੌਕੇ 'ਤੇ, ਸਾਰੀ ਕਾਰਵਾਈ ਕੀਤੀ ਹੈ, ਚੋਰਾਂ ਦੀ ਭਾਲ ਕਰ ਰਹੇ ਨੇ। ਹੁਣ ਪ੍ਰਸ਼ਾਸਨ 'ਤੇ ਵੀ ਸਾਰਿਆਂ ਨੂੰ ਮੰਗ ਇਹੀ ਹੈ ਪੁਲਿਸ 'ਤੇ ਕਿ ਚੋਰਾਂ ਨੇ ਨੱਥ ਪਾਈ ਜਾਏ। ਅਤੇ ਲਾਗੇ ਇੱਕ ਪਿੰਡ ਬੁੱਢਾ ਕੋਟ ਵੀ ਹੈ, ਉੱਥੇ ਵੀ ਇਸ ਤਰ੍ਹਾਂ ਹੀ ਵਾਰਦਾਤ ਹੋਈ ਹੈ, ਅੱਜ ਮੇਲਾ ਹੀ ਸੰਗਦਾ, ਇਸ ਕਰਕੇ ਚੋਰਾਂ ਨੇ ਥੋੜ੍ਹਾ ਖਿਆਲ ਰੱਖਿਆ, ਘਰਾਂ ਦੇ ਵਿੱਚ ਜੰਦਰੇ ਵੱਜੇ ਹੋਏ ਅਤੇ ਵੇਖ ਕੇ ਉਹ ਚੀਜ਼ ਨੂੰ, ਅਤੇ ਅੱਜ ਉਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। 4 ਵਜੇ ਵਾਪਸ ਆ ਗਏ ਹਾਂ ਅਸੀਂ ਜੀ, ਸੰਗ ਦਾ ਮੇਲਾ, ਪਿੰਡ ਮੇਰਾ ਸ਼ੀਨਾ ਰੇਤਵਾਲਾ ਹੈਗਾ ਜੀ, ਸਾਡਾ ਮਤਲਬ ਪਿੰਡ ਤੋਂ 1 ਕਿਲੋਮੀਟਰ 'ਤੇ ਘਰ ਵਾ, ਜਿਹੜਾ ਮੇਰਾ ਡੇਰਾ ਵਾ ਗਰਾਇਆਂ ਦੇ ਨਾਂ ਦਾ ਨਾਂ ਵੱਜਦਾ। ਅਸੀਂ 12:30 ਵਜੇ ਆਪਣਾ ਸਾਰੇ ਘਰ ਦੇ ਸਮੇਤ ਮਤਲਬ ਸੰਗ ਦਾ ਮੇਲੇ ਦੇਖਣ ਗਏ ਹਾਂ ਤਲੇ ਟਿੱਬੀ 'ਤੇ, ਅਤੇ ਉਸ ਤੋਂ ਬਾਅਦ ਆਪਾਂ ਉਸ ਤੋਂ ਵਾਪਸ ਆਏ ਹਾਂ 4:30 ਵਜੇ। 4:30 ਵਜੇ ਆਪਾਂ ਵਾਪਸ ਆ ਕੇ ਦੇਖਿਆ ਹੋਇਆ ਵੀ ਇੱਥੇ ਸਾਰਾ ਕੁਛ ਤਲੇ ਤੁਲੇ ਟੁੱਟੇ ਹੋਏ, ਕਾਫੀ ਨੁਕਸਾਨ ਹੋਇਆ ਵਾ, ਜਿਸ ਵਿੱਚ ਸਾਡਾ ਮਤਲਬ ਸੋਨਾ ਅਤੇ ਕੁਛ ਕੈਸ਼ ਚੋਰੀ ਹੋਇਆ ਵਾ ਅਤੇ ਕਾਫੀ ਸਾਰਿਆਂ ਤਰ੍ਹਾਂ ਦੀ ਚੋਰੀ ਹੋਈ ਆ ਅਤੇ ਹੋਰ ਵੀ ਕਈ ਲਾਗੇ ਛਾਗੇ ਸਾਡੇ ਤਾਏ ਚਾਚਿਆਂ ਦੇ ਸਾਰਿਆਂ ਦੇ ਚੋਰੀ ਹੋਈ ਆ। ਤੁਸੀਂ ਪੁਲਿਸ ਤੋਂ ਕੀ ਮੰਗ ਕਰਦੇ ਹੋ? ਅਸੀਂ ਪੁਲਿਸ ਤੋਂ ਇਹ ਮੰਗ ਕਰਦੇ ਹਾਂ ਵੀ ਛੇਤੀ ਤੋਂ ਛੇਤੀ ਚੋਰ ਫੜੇ ਜਾਣ, ਛੇਤੀ ਛੇਤੀ ਕਾਰਵਾਈ ਕੀਤੀ ਜਾਏ। ਆਵਾਜ਼ ਕੰਮ ਟੀਵੀ ਲਈ ਧਾਰੀਵਾਲ ਤੋਂ ਰਣਜੀਤ ਸਿੰਘ ਦੀ ਰਿਪੋਰਟ।